ਸ਼ਿਮਲਾ ਦੇ ਜਾਠੀਆ ਦੇਵੀ ਵਿੱਚ ਇੱਕ ਨੌਜਵਾਨ ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗੜਾ ਨੇੜੇ ਇੱਕ ਪਿੰਡ ਦੇ ਰਹਿਣ ਵਾਲੇ ਪਿੰਕੂ ਨਾਂ ਦੇ ਨੌਜਵਾਨ ਉੱਤੇ ਉਸਦੇ ਹੀ ਰਿਸ਼ਤੇਦਾਰ ਨੇ ਕੁਹਾੜੀ ਦੇ ਨਾਲ ਉਸ ਉੱਤੇ ਵਾਰ ਕਰਨ ਮਗਰੋਂ ਉਸਦੇ ਮੂੰਹ ਤੇ ਤੇਜ਼ਾਬ ਸੁੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿੰਕੂ ਆਪਣੇ ਰਿਸ਼ਤੇਦਾਰ ਦੇ ਘਰ ਰੁਕਿਆ ਹੋਇਆ ਸੀ। ਪਿੰਕੂ ਅਤੇ ਉਸਦਾ ਰਿਸ਼ਤੇਦਾਰ ਸੁਖਪਾਲ ਨਸ਼ੇ ਵਿੱਚ ਸਨ ਤਾਂ ਇਸੇ ਦੌਰਾਨ ਸੁਖਪਾਲ ਦੀ ਪਤਨੀ ਨੇ ਪਿੰਕੂ ਤੇ ਛੇੜਖਾਨੀ ਦਾ ਆਰੋਪ ਲਗਾਏ, ਜਿਸ ਤੋਂ ਬਾਅਦ ਸੁਖਪਾਲ ਨੇ ਪਿੰਕੂ ਤੇ ਵਾਰ ਕਰਨ ਮਗਰੋਂ ਉਸਦੇ ਮੂੰਹ ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਇਸ ਤੋਂ ਬਾਅਦ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਧਰ ਪੁਲਿਸ ਨੇ ਮੁਲਜ਼ਮ ਸੁਖਪਾਲ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। खबरों की दुनिया में आइए, हमारे साथ कहीं भी और कभी भी जुड़िए। हम मिलेंगे फेसबुक पर, हम दिखेंगे यूट्यूब पर, हमें फॉलो कीजिए ट्विटर पर। खबरों के साथ बने रहिए रात दिन।